ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਦੂਸਰੇ ਹਫ਼ਤੇ ਦੇ ਚੌਥੇ ਦਿਨ ਦੇ ਵਿੱਚ, ਜੋ ਕਿ ਸਾਡਾ ਬੇਦਾਰੀ ਤੇ ਖੁਸ਼ਖਬਰੀ ਦੇ ਬਾਰੇ ਅਧਿਐਨ ਹੈ। ਅਤੇ ਮੈਂ ਆਸ ਕਰਦਾ ਕਿ ਪਰਮੇਸ਼ੁਰ ਤੁਹਾਡੇ ਦਿਲ ਨੂੰ ਹਿਲਾ ਰਿਹਾ ਹੈ, ਤੁਸੀਂ ਪ੍ਰਾਰਥਨਾ ਵਾਲੇ ਵਿਅਕਤੀ ਬਣ ਰਹੇ ਹੋ, ਤੁਸੀਂ ਖਰੇ ਵਿਅਕਤੀ ਬਣ ਰਹੇ ਹੋ ਤਾਂ ਕਿ ਤੁਸੀਂ ਸੰਸਾਰ ਨੂੰ ਜਿੱਤ ਸਕੋ। ਅਤੇ ਜਦੋਂ ਤੁਸੀਂ ਇਹ ਕਰੋਗੇ ਤਾਂ ਤੁਸੀਂ ਇਹ ਪਾਓਗੇ ਕਿ ਤੁਹਾਡੀਆਂ ਕਈ ਜ਼ਰੂਰਤਾਂ ਨੇ। ਅਸਲ ਦੇ ਵਿੱਚ ਮੈਂ ਇਹਨੂੰ ਬਹੁਤ ਹੀ ਰੌਚਕ ਪਾਉਂਦਾ ਵਾਂ, ਕਿਉਂਕਿ ਜਦੋਂ ਯੇਸ਼ੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਇਆ, ਸਭ ਤੋਂ ਪਹਿਲਾਂ ਧਿਆਨ ਸੀ ਪਰਮੇਸ਼ੁਰ ਦੇ ਉੱਤੇ, ਹੇ ਸਾਡੇ ਸਵਰਗੀ ਪਿਤਾ ਤੂੰ ਜੋ ਸਵਰਗ 'ਚ ਹੈ। ਅਤੇ ਫਿਰ ਦੂਜਾ ਧਿਆਨ ਲੋਕਾਂ ਦੇ ਵੱਲ ਸੀਗਾ, ਅਸੀਂ ਇਹਦੇ ਬਾਰੇ ਕਾਫੀ ਜ਼ਿਆਦਾ ਗੱਲ ਕਰਦੇ ਆਏ ਹਾਂ। ਫਿਰ ਤੀਜਾ ਧਿਆਨ ਜਿਹੜਾ ਸੀਗਾ ਉਹ ਸਾਡੀਆਂ ਆਪਣੀਆਂ ਜ਼ਰੂਰਤਾਂ ਦੇ ਬਾਰੇ 'ਚ ਸੀਗਾ, ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਅਤੇ ਜੋ ਮੈਂ ਪਾਇਆ, ਜਦੋਂ ਤੁਸੀਂ ਦੂਜੇ ਲੋਕਾਂ ਤੱਕ ਪਹੁੰਚਦੇ ਹੋ ਤਾਂ ਤੁਸੀਂ ਇਹ ਪਾਓਗੇ ਕਿ ਤੁਹਾਡੇ ਕੋਲ ਉਹ ਸਾਰੇ ਸਾਧਨ ਮੌਜੂਦ ਨਹੀਂ ਹਨ ਜਿਹਦੇ ਦੁਆਰਾ ਤੁਸੀਂ ਦੂਜਿਆਂ ਤੱਕ ਪਹੁੰਚ ਸਕੋ। ਅਤੇ ਹੋ ਸਕਦਾ ਉਹ ਸਾਜੋ ਸਮਾਨ ਹੋਵੇ, ਹੋ ਸਕਦਾ ਉਹ ਸਮਾਜ ਦੀਆਂ ਜ਼ਰੂਰਤਾਂ ਹੋਣ, ਭਾਵੇਂ ਕੁਝ ਵੀ ਹੋਵੇ, ਮੈਂ ਨਹੀਂ ਜਾਣਦਾ। ਅਤੇ ਕਿਉਂਕਿ ਤੁਹਾਡੀਆਂ ਜ਼ਰੂਰਤਾਂ ਹੋਣਗੀਆਂ, ਕਿਉਂਕਿ ਤੁਸੀਂ ਇੱਕ ਮਸੀਹੀ ਜੀਵਨ ਦੇ ਕਿਹੋ ਜਿਹੇ ਖੇਤਰ ਦੇ ਵਿੱਚ ਹੋਵੋਗੇ ਜੋ ਕਿ ਤੁਹਾਡੀ ਯੋਗਤਾ ਤੋਂ ਪਰੇ ਆ। ਅਤੇ ਹੋ ਸਕਦਾ ਤੁਹਾਨੂੰ ਮਾਨਸਿਕ ਸਮਰੱਥ ਦੀ ਲੋੜ ਹੋਵੇ, ਹੋ ਸਕਦਾ ਤੁਹਾਨੂੰ ਪੜ੍ਹਾਈ ਦੀ ਲੋੜ ਹੋਵੇ, ਅਤੇ ਹੋ ਸਕਦਾ ਤੁਹਾਨੂੰ ਸ਼ਾਇਦ ਪੈਸੇ ਦੀ ਜ਼ਰੂਰਤ ਹੋਵੇ, ਤੁਹਾਨੂੰ ਨਹੀਂ ਪਤਾ ਹੈ। ਪਰ ਪਰਮੇਸ਼ੁਰ ਤੁਹਾਡੀ ਹਰ ਇੱਕ ਲੋੜ ਨੂੰ ਪੂਰਾ ਕਰੇਗਾ ਤਾਂ ਕਿ ਤੁਸੀਂ ਸੰਸਾਰ ਤੱਕ ਪਹੁੰਚ ਸਕੋ ਪ੍ਰਭੂ ਦੇ ਵਚਨ ਦੇ ਨਾਲ। ਕੁਝ ਇਹੋ ਜਿਹੇ ਸਾਧਨ ਨੇ ਜਿਹੜੇ ਪਰਮੇਸ਼ੁਰ ਨੇ ਤੁਹਾਡੇ ਲਈ ਰੱਖੇ ਨੇ। ਅਤੇ ਪਿਛਲੇ ਹਫ਼ਤੇ ਅਸੀਂ ਇਹਦੇ ਬਾਰੇ ਗੱਲ ਕੀਤੀ ਸੀਗੀ ਕਿ ਮਨੁੱਖੀ ਸੋਮੇ ਜਿਹੜੇ ਨੇ ਉਹ ਸਭ ਤੋਂ ਵੱਡੇ ਸਾਧਨ ਨੇ। ਆਓ ਮੈਂ ਤੁਹਾਨੂੰ ਕੁਝ ਸਰੀਰਕ ਸੋਮਿਆਂ ਬਾਰੇ ਵੀ ਦੱਸ। ਅਤੇ ਜੇ ਤੁਸੀਂ ਪਰਮੇਸ਼ੁਰ ਦੀ ਵੱਲ ਵੇਖੋਗੇ ਉੱਤੇ ਭਰੋਸਾ ਕਰੇਗੇ, ਉਹ ਤੁਹਾਡੀਆਂ। ਅਤੇ ਮੇਰੀ ਸੇਵਕਾਈ ਦੇ ਸ਼ੁਰੂ ਵਿੱਚ ਮੈਂ ਤੇ ਮੇਰੀ ਪਤਨੀ ਨੇ ਖੁਸ਼ਖਬਰੀ ਦਾ ਪ੍ਰਚਾਰ ਸ਼ੁਰੂ ਕੀਤਾ। ਅਸੀਂ ਜਵਾਨ ਸੀਗੇ, ਸਾਨੂੰ ਕੁਝ ਨਹੀਂ ਸੀ ਪਤਾ। ਅਸੀਂ ਸ਼ਿਕਾਗੋ ਦੀਆਂ ਗਲੀਆਂ 'ਚ ਜਾ ਕੇ ਲੋਕਾਂ ਨੂੰ ਮਸੀਹ ਲਈ ਜਿੱਤਣਾ ਸ਼ੁਰੂ ਕੀਤਾ। ਸਾਡਾ ਵਿਆਹ ਹੋ ਗਿਆ, ਪਰ ਸਾਡਾ ਦਿਲ ਸੀਗਾ ਕਿ ਅਸੀਂ ਲੋਕਾਂ ਤੱਕ ਪਰਮੇਸ਼ੁਰ ਦੇ ਬਾਰੇ ਪਹੁੰਚੀਏ। ਅਸੀਂ ਇਹ ਕਰਨਾ ਚਾਹੁੰਦੇ ਸੀ, ਲੇਕਿਨ ਸਾਡੇ ਕੋਲ ਬਹੁਤੇ ਸਾਧਨ ਨਹੀਂ ਸਨ, ਅਸੀਂ ਗਰੀਬ ਸਨ। ਅਸਲ ਵਿੱਚ ਸਾਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਗਰੀਬੀ ਰੇਖਾ ਦੇ ਥੱਲੇ ਰਹਿਣ ਵਾਲੇ ਲੋਕ ਸੀਗੇ, ਲੇਕਿਨ ਅਸੀਂ ਆਤਮਿਕ ਤੌਰ 'ਤੇ ਬੜੇ ਅਮੀਰ ਸੀ। ਸਾਡਾ ਦਿਲ ਸੀ ਕਿ ਅਸੀਂ ਲੋਕਾਂ ਤੱਕ ਮਸੀਹ ਲਈ ਪਹੁੰਚੀਏ। ਅਤੇ ਮੈਂ ਤੇ ਮੇਰੀ ਪਤਨੀ ਦਾ ਜਦੋਂ ਵਿਆਹ ਹੋਇਆ, ਜਦੋਂ ਮੈਂ ਆਪਣੀ ਪਤਨੀ ਦਾ ਹੱਥ ਉਹਦੇ ਪਿਤਾ ਦੇ ਕੋਲੋਂ ਮੰਗਿਆ ਤਾਂ ਮੇਰੀ ਦੇ ਪਿਤਾ ਨੇ ਕਿਹਾ ਕਿ ਤੂੰ ਇਹਦੀਆਂ ਲੋੜਾਂ ਕਿਵੇਂ ਪੂਰੀਆਂ ਕਰੇਗਾ। ਅਤੇ ਮੈਂ ਕਿਹਾ ਮੈਨੂੰ ਨਹੀਂ ਪਤਾ, ਲੇਕਿਨ ਪਰਮੇਸ਼ੁਰ ਨੇ ਮੈਨੂੰ ਬੁਲਾਇਆ ਕਿ ਮੈਂ ਲੋਕਾਂ ਤੱਕ ਪਹੁੰਚਾਂ। ਅਤੇ ਉਹਨੇ ਮੈਨੂੰ ਕਿਹਾ ਕਿ ਤੇਰੇ ਕੋਲ ਕੋਈ ਚਰਚ ਹੈ ਜਿੱਥੇ ਤੂੰ ਪ੍ਰਚਾਰ ਕਰੇ? ਮੈਂ ਕਿਹਾ ਨਹੀਂ ਸਰ, ਲੇਕਿਨ ਉਹ ਪੂਰਾ ਕਰੇਗਾ। ਉਹ ਹਿਚਕਚਾ ਰਿਹਾ ਸੀਗਾ, ਲੇਕਿਨ ਫਿਰ ਵੀ ਉਹਨੇ ਮੈਨੂੰ ਬਰਕਤ ਦਿੱਤੀ ਕਿ ਮੈਂ ਉਹਦੀ ਬੇਟੀ ਦੇ ਨਾਲ ਵਿਆਹ ਕਰ ਸਕਾਂ। ਅਸੀਂ ਸਾਡਾ ਵਿਆਹ ਹੋ ਗਿਆ ਅਤੇ ਅਸੀਂ ਇਸ ਸਫ਼ਰ ਦੇ ਉੱਤੇ ਤੁਰ ਪਏ ਜਿੱਥੇ ਅਸੀਂ ਪਰਮੇਸ਼ੁਰ 'ਤੇ ਭਰੋਸਾ ਕਰੀਏ। ਅਸੀਂ ਪ੍ਰਾਰਥਨਾ ਕਰਦੇ ਸੀ, ਪਰਮੇਸ਼ੁਰ ਸਾਡੀਆਂ ਲੋੜਾਂ ਪੂਰੀਆਂ ਕਰਦਾ ਸੀ। ਅਤੇ ਇੱਕ ਦਿਨ ਉਹ ਸਾਡੇ ਕਿਰਾਏ ਪੂਰੇ ਕਰ ਰਿਹਾ ਸੀ, ਉਹ ਸਾਨੂੰ ਖਾਣਾ ਦੇ ਰਿਹਾ ਸੀ, ਸਾਰੀਆਂ ਜ਼ਰੂਰਤਾਂ ਉਹ ਪੂਰੀਆਂ ਕਰ ਰਿਹਾ ਸੀ। ਦਿਨ ਅਸੀਂ ਜਾਗੇ ਅਤੇ ਸਾਡੇ ਫਰਿੱਜ ਦੇ ਵਿੱਚ ਕੋਈ ਖਾਣਾ ਨਹੀਂ ਸੀਗਾ, ਸਾਡੇ ਕੋਲ ਪੈਸੇ ਨਹੀਂ ਸੀਗੇ ਕਿ ਅਸੀਂ ਆਪਣਾ ਕਿਰਾਇਆ ਦੇ ਸਕੀਏ, ਸਾਡੇ ਕੋਲ ਗੱਡੀ 'ਚ ਤੇਲ ਪਾਉਣ ਲਈ ਪੈਸੇ ਨਹੀਂ ਸਨ। ਅਸੀਂ ਕਾਫ਼ੀ ਜ਼ਿਆਦਾ ਬੁਰੀ ਸਥਿਤੀ ਦੇ ਵਿੱਚ ਸੀ। ਅਤੇ ਮੈਂ ਆਪਣੀ ਪਤਨੀ ਨੂੰ ਕਿਹਾ ਚਲੋ ਪ੍ਰਾਰਥਨਾ ਕਰਦੇ ਹਾਂ। ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਮੈਂ ਡਾਕਖਾਨੇ ਦੇ ਵਿੱਚ ਗਿਆ ਅਤੇ ਉਹ ਇੱਕ ਛੋਟੀ ਜਿਹੀ ਮਿਸ਼ਨਰੀ ਔਰਤ ਦੇ ਵੱਲੋਂ ਇਹ ਲੈਟਰ ਸੀਗਾ ਜਿਹਨੇ ਕਿਹਾ ਕਿ ਮੈਂ ਦੁਆ ਕਰ ਰਹੀ ਸੀ, ਪਰਮੇਸ਼ੁਰ ਨੇ ਮੈਨੂੰ ਕਿਹਾ ਅਤੇ ਮੈਂ ਤੈਨੂੰ ਇਹ ਥੋੜ੍ਹੇ ਜਿਹੇ ਪੈਸੇ ਭੇਜ ਰਹੀ ਹਾਂ। ਇਹ ਕਾਫ਼ੀ ਪੈਸਾ ਸੀਗਾ, ਉਨਾ ਹੀ ਜਿੰਨਾ ਸਾਨੂੰ ਚਾਹੀਦਾ ਸੀਗਾ ਕਿ ਅਸੀਂ ਆਪਣਾ ਕਿਰਾਇਆ ਦੇ ਦਈਏ, ਅਸੀਂ ਕਰਿਆਨੇ ਦਾ ਸਮਾਨ ਖਰੀਦ ਲਈਏ। ਅਤੇ ਪਰਮੇਸ਼ੁਰ ਸਾਨੂੰ ਲਗਾਤਾਰ ਬਰਕਤ ਦਿੰਦਾ ਗਿਆ। ਇਹ ਕੁਝ ਮਹੀਨਿਆਂ ਤੱਕ ਚੱਲਿਆ ਅਤੇ ਕੁਝ ਮਹੀਨਿਆਂ ਬਾਅਦ ਅਸੀਂ ਫਿਰ ਉਸੇ ਸਥਿਤੀ ਦੇ ਵਿੱਚ ਸੀਗੇ। ਅਤੇ ਜਦੋਂ ਅਸੀਂ ਬਾਹਰ ਜਾ ਕੇ ਲੋਕਾਂ ਨੂੰ ਮਸੀਹ ਲਈ ਜਿੱਤ ਰਹੇ ਸੀਗੇ, ਅਸੀਂ ਫਿਰ ਤੋਂ ਪਾਇਆ ਕਿ ਅਸੀਂ ਤੇ ਫਿਰ ਤੋਂ ਖਾਲੀ ਹੋ ਗਏ ਹਾਂ। ਅਤੇ ਮੈਂ ਤੇ ਮੇਰੀ ਪਤਨੀ ਨੇ ਫਿਰ ਤੋਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਅਤੇ ਪ੍ਰਾਰਥਨਾ ਕਰਨ ਤੋਂ ਬਾਅਦ 'ਚ ਮੈਂ ਕਿਹਾ ਹਨੀ ਮੈਂ ਹੁਣੇ ਆਉਂਦਾ ਵਾਂ ਅਤੇ ਮੈਂ ਡਾਕਖਾਨੇ ਦੀ ਵੱਲ ਦੌੜ ਕੇ ਗਿਆ। ਮੈਂ ਡਾਕਖਾਨੇ ਦੇ ਵਿੱਚ ਗਿਆ, ਮੈਂ ਜਾ ਕੇ ਉੱਥੇ ਚਿੱਠੀਆਂ ਚੈੱਕ ਕੀਤੀਆਂ ਅਤੇ ਉੱਥੇ ਕੁਝ ਵੀ ਨਹੀਂ ਸੀਗਾ। ਅਤੇ ਮੈਂ ਬੜਾ ਹੀ ਨਿਰਾਸ਼ ਹੋ ਗਿਆ। ਮੈਂ ਕਿਹਾ ਪ੍ਰਭੂ ਕੀ ਹੋਇਆ? ਅਤੇ ਤੂੰ ਤੇ ਕਿਹਾ ਸੀ ਤੂੰ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਅਤੇ ਜਦੋਂ ਮੈਂ ਵਾਪਿਸ ਆ ਰਿਹਾ ਸੀ, ਪਰਮੇਸ਼ੁਰ ਨੇ ਮੇਰੇ ਦਿਲ ਨਾਲ ਗੱਲ ਕੀਤੀ। ਉਹਨੇ ਕਿਹਾ ਪੁੱਤਰ ਤੂੰ ਮੇਰੇ ਤੇ ਭਰੋਸਾ ਨਹੀਂ ਸੀ ਕਰ ਰਿਹਾ, ਤੂੰ ਡਾਕਖਾਨੇ ਤੇ ਭਰੋਸਾ ਕਰ ਰਿਹਾ ਸੀ। ਅਤੇ ਅਕਸਰ ਹੀ ਉਸ ਦਿਨ ਮੈਂ ਪਹਿਚਾਨਿਆ ਕਿ ਅਸੀਂ ਪਰਮੇਸ਼ੁਰ ਦੇ ਤਰੀਕੇ ਤੇ ਜ਼ਿਆਦਾ ਭਰੋਸਾ ਕਰਦੇ ਹਾਂ, ਇਹਦੀ ਬਜਾਏ ਕਿ ਅਸੀਂ ਤਰੀਕੇ ਦੇ ਪਰਮੇਸ਼ੁਰ ਤੇ ਭਰੋਸਾ ਕਰੀਏ। ਅਤੇ ਪਰਮੇਸ਼ੁਰ ਨੇ ਉਸ ਦਿਨ ਮੇਰੇ ਦਿਲ ਨੂੰ ਬਦਲ ਦਿੱਤਾ ਅਤੇ ਮੈਂ ਉਸ ਦਿਨ ਇਹ ਸਿੱਖਿਆ ਕਿ ਮੈਂ ਉਹਦੇ ਪ੍ਰਯੋਜਨ ਦੇ ਤਰੀਕੇ ਤੇ ਭਰੋਸਾ ਨਾ ਕਰਾਂ, ਬਲਕਿ ਮੈਂ ਉਹਦੇ ਤੇ ਭਰੋਸਾ ਕਰਾਂ ਕਿ ਉਹ ਮੈਨੂੰ ਮੁਹੱਈਆ ਕਰੇਗਾ। ਮੈਂ ਨਹੀਂ ਜਾਣਦਾ ਤੁਹਾਡੀਆਂ ਕਿਹੋ ਜਿਹੀਆਂ ਜ਼ਰੂਰਤਾਂ ਹੋ ਸਕਦੀਆਂ, ਤੁਹਾਡੀਆਂ ਕੋਈ ਸਮਾਜਿਕ ਜ਼ਰੂਰਤਾਂ ਹੋਣ ਅਤੇ ਜਿਨ੍ਹਾਂ ਦੀ ਪੂਰਤੀ ਦੇ ਦੁਆਰਾ ਤੁਸੀਂ ਲੋਕਾਂ ਤੱਕ ਮਸੀਹ ਲਈ ਪਹੁੰਚ ਸਕੋ। ਹੋ ਸਕਦਾ ਤੁਹਾਡੇ ਕੋਲ ਯੋਗਤਾ ਨਾ ਹੋਵੇ ਕਿ ਤੁਸੀਂ ਆਪਣੀਆਂ ਉਹਨਾਂ ਸਮਾਜਿਕ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੋ, ਲੇਕਿਨ ਮੈਂ ਤੁਹਾਨੂੰ ਕੋਈ ਦੱਸਦਾ ਕਿ ਪਰਮੇਸ਼ੁਰ ਉਹਨਾਂ ਲੋੜਾਂ ਨੂੰ ਪੂਰੀਆਂ ਕਰੇਗਾ। ਮੈਂ ਨਹੀਂ ਜਾਣਦਾ ਉਹ ਕਿਵੇਂ ਕਰੇਗਾ, ਮੈਂ ਨਹੀਂ ਜਾਣਦਾ ਉਹ ਕਿਹੜੇ ਤਰੀਕੇ ਦਾ ਇਸਤੇਮਾਲ ਕਰੇਗਾ। ਅਤੇ ਹੋ ਸਕਦਾ ਪੈਸਾ ਹੋਵੇ, ਹੋ ਸਕਦਾ ਲੋਕ ਤੁਹਾਡੀਆਂ ਲੋੜਾਂ ਨੂੰ ਪੂਰੀਆਂ ਕਰ ਦੇਣ, ਹੋ ਸਕਦਾ ਤੁਹਾਡਾ ਸਮਾਜ ਤੁਹਾਡੇ ਲਈ ਉਹਨਾਂ ਗੱਲਾਂ ਦਾ ਇੰਤਜ਼ਾਮ ਕਰੇ। ਮੈਂ ਨਹੀਂ ਜਾਣਦਾ ਇਹ ਕਿਵੇਂ ਪੂਰਾ ਹੋਵੇਗਾ, ਪਰ ਮੈਂ ਇਹ ਜਾਣ
ਤਾਂ ਤੁਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਪਰਮੇਸ਼ਰ ਮੇਰੇ ਲਈ ਸਭ ਕੁਝ ਮੁਹੱਈਆ ਕਰੇਗਾ, ਕਿਉਂਕਿ ਵਚਨ ਦੱਸਦਾ ਹੈ ਕਿ ਮੇਰਾ ਪਰਮੇਸ਼ਰ ਆਪਣੀ ਮਹਿਮਾ ਦੇ ਧੰਨ ਦੇ ਅਨੁਸਾਰ ਮਸੀਹ ਯੇਸ਼ੂ 'ਚ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਇਸ ਲਈ ਉਸ ਦੀ ਵੱਲ ਵੇਖੋ, ਤਰੀਕੇ ਪਰਮੇਸ਼ਰ ਦੇ ਤਰੀਕੇ ਵੱਲ ਨਹੀਂ ਬਲਕਿ ਤਰੀਕਿਆਂ ਦੇ ਪਰਮੇਸ਼ਰ ਵੱਲ।